ਪੈਸੇ ਦੀ ਲੋੜ ਆ ਮੇਰੀ ਫੈਮਿਲੀ ਪ੍ਰੋਬਲਮ ਆਈ ਪੈਸਿਆਂ ਦੀ ਲੋੜ ਆ ਯਾਰ ਬਈ ਮੰਦਾ ਤਾਂ ਬਹੁਤ ਚੱਲ ਰਿਹਾ ਯਾਰ ਬਾਕੀ ਪੈਸੇ ਕੋਲੇ ਵੀ ਨਹੀਂ ਹੈਗੇ ਪੈਸੇ ਹਾਂ ਫਿਰ ਅਸੀਂ ਲੈ ਆਵਾਂਗੇ ਕੋਈ ਨਾ ਬਾਈ ਨੂੰ ਨਾਲ ਲੈ ਕੇ ਕਿਤੋਂ ਪੈਸੇ ਕਰਕੇ ਮੈਂ ਲੈ ਕੇ ਠੀਕ ਆ ਪਹਿਲਾਂ ਹੀ ਪੇਮੈਂਟ ਖੜੀ ਆ ਦੇ ਕਨੇ ਹੁਣ ਯਾਰ ਕੀ ਕਹੀਏ ਹੁਣ ਤੁਹਾਨੂੰ ਪਤਾ ਹੁਣ ਫੈਮਿਲੀ ਪ੍ਰੋਬਲਮ ਆ ਜਣਾ ਮੈਥੋਂ ਰਿਹਾ ਨਹੀਂ ਆਉਂਦਾ ਯਾਰ ਦੇ ਦੇ ਨਹੀਂ ਵੀਰ ਸਹੀ ਆ ਦੇ ਦਿਓ ਪੇਮੈਂਟ ਤੁਸੀਂ ਠੀਕ ਆ ਜੀ ਮੇਰੀ ਜ਼ਿੰਮੇਵਾਰੀ ਕੋਈ ਗੱਲ ਨਹੀਂ ਪੇਮੈਂਟ ਨਹੀਂ ਟਾਈਮ ਤੇ ਦੇ ਦਾਂਗੇ ਕਰ ਲੈ ਕੀ ਕਰੇਗਾ ਬਚਣਾ ਦੱਸ ਪਹਿਲਾਂ 15 ਲੱਖ ਯਾਰ 15 ਲੱਖ ਬਈ 15 ਲੱਖ ਰੁਪਿਆ ਮੰਗਦਾ ਮੇਰੀ ਗੱਲ ਸੁਣਨ ਵਾਲੇ 15 ਲੱਖ ਰੁਪਿਆ ਲੈ ਕੇ ਸੂਏ ਦੇ ਪੁਲ ਤੇ ਆ ਜਾ ਠੀਕ ਆ ਆਪਾਂ ਪਹਿਲਾਂ ਮਿਲ ਕੇ ਨਾ ਗੱਲ ਕਰੀਏ ਜੋ ਤੈਨੂੰ ਕਿਹਾ ਤੂੰ ਉਵੇਂ ਕਰ ਚਲੋ ਸਵਾਦ ਆਊ ਆਪਾਂ ਨੂੰ ਚੱਲ ਜਲਦੀ ਕੱਲ੍ਹ ਚੱਲਦੇ ਹਾਂ ਚਲੋ ਮਿਲਦੇ ਉਹਨੂੰ ਦੁਬਾਰਾ ਫੋਨ ਕਰਾਂਗੇ ਚਲੋ
ਪੈਸੇ ਦਾ ਹੱਲ ਕਰਨ ਦੇ। ਦਵਾਤੇ ਨਾ ਪੈਸੇ 15 ਲੱਖ ਰੁਪਈਆ। ਉਹਨੂੰ ਦੁਬਾਰੇ ਫੇਰ ਫੋਨ ਕਰ। ਓਏ ਹੁਣ ਕੀ ਹੋ ਗਿਆ? 15 ਲੱਖ ਹੋਰ ਲੈਣਾ। ਓਏ ਬਸ ਕਰ, ਤੂੰ ਓਏ ਬਸ ਕਰ, ਬਹੁਤ ਨੇ ਇਹਨੇ। ਹਾਂ ਕਿਉਂ ਬਹੁਤ ਨੇ? ਜਦੋਂ ਮੇਰੇ ਗੋਲੀਆਂ ਮਾਰੇ ਸੀ ਉਦੋਂ ਨਹੀਂ ਦੇਖਿਆ ਉਹਨੂੰ। ਓਏ ਇੰਨਾ ਨਹੀਂ ਕਰਦੇ ਹੁੰਦੇ, ਔਖਾ ਹੋ ਜੂ, ਆਪਾਂ ਕਿਸੇ ਹੋਰ 'ਚੋਂ ਕੱਢ ਲਾਂਗੇ। ਹੁਣ ਮੇਰੇ ਜ਼ਖਮ ਪਤਾ ਹਾਲ ਤੱਕ ਭਰੇ ਨਹੀਂ ਹੈਗੇ, ਫੋਨ ਕਰ ਉਹਨੂੰ। ਚੱਲ ਭਾਈ, ਜਿਵੇਂ ਤੂੰ ਕਹਿਣਾ ਫਿਰ ਉਵੇਂ ਕਰ ਲੈਂਦੇ ਹਾਂ, ਹੋਰ ਕੀ ਆ। ਕਰ ਕਰ ਫੋਨ ਉਹਨੂੰ। ਹੈਲੋ। ਹਾਂ ਵੀ ਠੀਕ ਆ, ਬੜੇ ਜਲਦੀ ਕੰਮ ਕਰਤਾ ਬਾਈ। ਚਲੋ ਹੁਣ ਆਏ ਕਰ ਫਿਰ, ਅਗਲੇ ਮਹੀਨੇ 15 ਲੱਖ ਰੁਪਈਆ ਹੋਰ ਤਿਆਰ ਰੱਖ, ਠੀਕ ਆ? ਯਾਰ ਮੈਨੂੰ ਨਹੀਂ ਪਤਾ, ਜੋ ਤੈਨੂੰ ਕਿਹਾ ਉਵੇਂ ਕਰ, ਨਹੀਂ ਤਾਂ ਫਿਰ ਦੇਖ ਲਾ, ਫਿਰ ਕਲਿੱਪ ਹੈਗੀ ਆ ਮੇਰੇ ਕੋਲ, ਠੀਕ ਆ? ਕਰਦਾ ਫੋਨ ਮੈਂ ਤੈਨੂੰ ਅਗਲੇ ਮਹੀਨੇ ਦੁਬਾਰੇ, ਠੀਕ ਆ? ਓਕੇ। ਕਤਲ ਵਾਲੇ ਕੇਸ ਇੰਨੀ ਜਲਦੀ ਨਹੀਂ ਨਿਬੜਦੇ ਹੁੰਦੇ। ਪਰ ਠੀਕ, ਉਹਨੂੰ ਕਹਿਤਾ ਮੈਂ ਅਗਲੇ ਮਹੀਨੇ ਫਿਰ ਦੁਬਾਰੇ ਫੋਨ ਕਰਾਂਗਾ। ਚੱਲ ਚੱਲੀਏ, ਚੱਲ ਪੜ ਮਾਤਾ ਲੈ ਕੇ ਚੱਲਦੇ ਹਾਂ।